ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। ਨਹਿਰੂ ਗਾਂਧੀ ਪਰਿਵਾਰ ਦੇ ਅੰਸ਼ ਰਾਹੁਲ ਗਾਂਧੀ ਨੇ 132 ਸਾਲ ਪੁਰਾਣੇ ਕਾਂਗਰਸ ਦਾ ਪ੍ਰੈਜ਼ੀਡੈਂਸੀ ਬੀਜੇਪੀ ਉੱਤੇ ਚੜ੍ਹਾਈ ਕਰਦੇ ਹੋਏ ਪਾਈ ਹੈ ਅਤੇ ਵਾਅਦਾ ਕੀਤਾ ਹੈ ਕਿ ਉਹ ਕਾਂਗਰਸ ਨੂੰ ਇੱਕ ਪੁਰਾਣੇ ਪਾਰਟੀ ਤੋਂ ਇੱਕ ਨਵੇਂ ਪੁਰਾਣੇ ਪਾਰਟੀ ਵਿੱਚ ਤਬਦੀਲ ਕਰਨਗੇ। ਉਹਨਾਂ ਦੇ ਐਕਸੈਪਟੈਂਸ ਸਪੀਚ ਵਿੱਚ ਵੀ ਉਹਨਾਂ ਨੇ ਆਪਣੇ ਪੋਲੀਟੀਕਲ ਰਾਈਵਲਸ ਬੀਜੇਪੀ ਉੱਤੇ ਆਰੋਪ ਲਗਾਇਆ ਹੈ ਕਿ ਉਹ ਹੈਟਰਡ ਅਤੇ ਫੇਅਰ ਦਾ ਰਾਸਤਾ ਅਪਣਾ ਰਹੇ ਹਨ। ਇੰਟਰਪੋਲ ਨੇ ਟੈਲੀਵੈਂਜਲਿਸ ਜ਼ਾਕਿਰ ਨਾਇਕ ਦੇ ਖਿਲਾਫ ਦਾ ਰੈੱਡ ਕਾਰਨਰ ਨੋਟਿਸ ਖਾਰਿਜ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿਵਾਦਾਸਪਦ ਇਸਲਾਮਿਕ ਪ੍ਰੀਚਰ ਦੇ ਖਿਲਾਫ ਜੋ ਸਬੂਤ ਦਿੱਤੇ ਹਨ ਉਹ ਅਪਰਿਆਪਤ ਹਨ ਕਿਉਂਕਿ ਉਸ ਤੋਂ ਆਤੰਕਵਾਦ ਵਿੱਚ ਉਹਨਾਂ ਦਾ ਹਿੱਸਾ ਸਿੱਧ ਨਹੀਂ ਹੋ ਰਿਹਾ ਹੈ। ਨਾਰਥ ਈਸਟ ਵਿੱਚ ਰੋਡ ਕਨੈਕਟੀਵਿਟੀ ਵਧਾਉਣ ਦੇ ਲਈ ਪੀਐਮ ਨਰਿੰਦਰ ਮੋਦੀ ਨੇ ਰੋਡਸ ਅਤੇ ਨੈਸ਼ਨਲ ਹਾਈਵੇਜ਼ ਦੀ ਦਸ਼ਾ ਨੂੰ ਸੁਧਾਰਨ ਦੇ ਲਈ ਅਗਲੇ 2 ਤੋਂ 3 ਸਾਲਾਂ ਵਿੱਚ 90,000 ਕਰੋੜ ਦੇਣ ਦੀ ਘੋਸ਼ਣਾ ਕੀਤੀ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਬੀਜੇਪੀ ਸਰਕਾਰ ਦਾ ਐਕਟ ਈਸਟ ਪਾਲਿਸੀ ਬਹੁਤ ਛੇਤੀ ਮਿਜ਼ੋਰਮ ਨੂੰ ਸਾਊਥ ਈਸਟ ਏਸ਼ੀਆ ਦੇਸ਼ਾਂ ਦਾ ਗੇਟਵੇ ਬਣਾਏਗਾ। ਲਾਅ ਐਂਡ ਆਈਟੀ ਮਿਨਿਸਟਰ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਦ ਉਹ ਕਮਿਊਨੀਕੇਸ਼ਨ ਮਿਨਿਸਟਰੀ ਦੇ ਪੋਰਟਫੋਲੀਓ ਦਾ ਨਿਯੰਤਰਣ ਕਰ ਰਹੇ ਸਨ ਤਦ ਉਹਨਾਂ ਨੇ ਫੇਸਬੁੱਕ ਦੇ ਫ੍ਰੀ ਬੇਸਿਕਸ ਪਲੈਟਫਾਰਮ ਨੂੰ ਅਨੁਮਤੀ ਨਹੀਂ ਦਿੱਤੀ ਸੀ। ਉਹਨਾਂ ਨੇ ਕਿਹਾ ਕਿ ਇੰਟਰਨੈਟ ਦੇ ਨਾਨ ਡਿਸਕ੍ਰਿਮੀਨੇਟਰੀ ਐਕਸੈਸ ਦੀ ਰਾਈਟ ਨੈਗੋਸ਼ੀਏਬਲ ਨਹੀਂ ਹੈ। ਡੋਕਲਾਮ ਸੈਕਟਰ ਵਿੱਚ ਕਿਸੇ ਵੀ ਤਰ੍ਹਾਂ ਦੇ ਪ੍ਰਸਥਿਤੀ ਦਾ ਸਾਹਮਣਾ ਕਰਨ ਦੇ ਲਈ ਆਰਮੀ ਤਿਆਰ ਹਨ। ਈਸਟਰਨ ਕਮਾਂਡ ਦੇ ਜਨਰਲ ਆਫਿਸਰ ਕਮਾਂਡਿੰਗ ਇਨ ਚੀਫ ਲਿਊਟੀਨੈਂਟ ਜਨਰਲ ਅਭੈ ਕ੍ਰਿਸ਼ਨਾ ਨੇ ਕਿਹਾ ਸੀ ਕਿ ਕਿਸੇ ਵੀ ਤਰ੍ਹਾਂ ਦੇ ਹਰਕਤ ਦੇ ਨਾਲ ਪ੍ਰੋਪਰਲੀ ਡੀਲ ਕੀਤਾ ਜਾਵੇਗਾ। ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਉਹਨਾਂ ਦੀ ਮਾਂ ਅਤੇ ਕਾਂਗਰਸ ਦੀ ਸਾਬਕਾ ਚੀਫ ਸੋਨੀਆ ਗਾਂਧੀ ਉੱਤਰ ਪ੍ਰਦੇਸ਼ ਤੇ ਆਪਣੇ ਲੋਕ ਸਭਾ ਕੰਸਟੀਟਿਊਐਂਸੀ ਰਾਏਬਰੇਲੀ ਤੋਂ 2019 ਦਾ ਲੋਕ ਸਭਾ ਇਲੈਕਸ਼ਨਸ ਲੜੇਗੀ। ਉਹ ਸੋਨੀਆ ਗਾਂਧੀ ਦੇ ਪੋਲਿਟਿਕਸ ਤੋਂ ਰਿਟਾਇਰ ਹੋਣ ਦੀ ਅਫਵਾਹ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇੱਕ ਕੋਲ ਬਲੋਕ ਐਲੋਕੇਸ਼ਨ ਕੇਸ ਵਿੱਚ ਝਾਰਖੰਡ ਦੇ ਸਾਬਕਾ ਸੀਐਮ ਮਧੂ ਕੋਡਾ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸੀਬੀਆਈ ਨੇ ਕਿਹਾ ਕਿ ਇਹ ਵੱਡੇ ਆਫਿਸਿਸ ਵਿੱਚ ਕੰਮ ਕਰਨ ਵਾਲੇ ਕ੍ਰਿਮੀਨਲਸ ਹਨ ਅਤੇ ਉਹਨਾਂ ਦੇ ਅਹੁਦੇ ਅਤੇ ਪਦ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਨੂੰ ਢੀਲ ਦੇਣ ਦੀ ਗੱਲ ਹੀ ਨਹੀਂ ਆਉਂਦੀ। ਰਾਜਸਥਾਨ ਦੇ ਸਰਕਾਰੀ ਹਸਪਤਾਲਸ ਅਤੇ ਡਿਸਟ੍ਰਿਕਟ ਕਮਿਊਨਿਟੀ ਸੈਂਟਰਸ ਦੇ ਮੈਡੀਕਲ ਅਤੇ ਹੈਲਥ ਸਰਵਿਸਿਜ਼ ਵਿਗੜ ਗਏ ਹਨ ਕਿਉਂਕਿ ਕਰੀਬ 10,000 ਡਾਕਟਰਸ ਨੇ ਘੋਸ਼ਣਾ ਕੀਤੀ ਹੈ ਕਿ ਉਹ ਅੰਦੋਲਨ ਕਰਨ ਜਾ ਰਹੇ ਹਨ। ਡਾਕਟਰਸ ਹਜ਼ਾਰਡਸ ਸਰਵਿਸਿਜ਼ ਅਲਾਉਂਸ, ਰੂਰਲ ਅਲਾਉਂਸ ਵਿੱਚ ਬੜਤ ਅਤੇ ਸਿੰਗਲ ਸ਼ਿਫਟ ਹਸਪਤਾਲਸ ਦੀ ਮੰਗ ਕਰ ਰਹੇ ਹਨ। ਇੱਕ ਕੋਰਟ ਨੇ ਸਾਬਕਾ ਟੀਵੀ ਸੀਰੀਅਲ ਪ੍ਰੋਡਿਊਸਰ ਸੁਹੇਬ ਇਲਿਆਸੀ ਨੂੰ 2000 ਵਿੱਚ ਉਹਨਾਂ ਦੀ ਬੀਵੀ ਦਾ ਕਤਲ ਕਰਨ ਦੇ ਲਈ ਦੋਸ਼ੀ ਠਹਿਰਾਇਆ ਹੈ। ਕੁਆਂਟਮ ਆਫ ਸੈਂਟੈਂਸ 20 ਦਸੰਬਰ ਨੂੰ ਦੱਸਿਆ ਜਾਏਗਾ। ਇਲਿਆਸੀ ਰਿਐਲਿਟੀ ਟੀਵੀ ਸ਼ੋਅ ਇੰਡੀਆਜ਼ ਮੋਸਟ ਵਾਂਟਡ ਨੂੰ ਹੋਸਟ ਕਰਨ ਦੇ ਬਾਅਦ ਮਸ਼ਹੂਰ ਹੋਏ। ਬੈਂਗਲੁਰੂ ਪੁਲਿਸ ਕਮਿਸ਼ਨਰ ਨੇ ਸ਼ਹਿਰ ਦੇ ਇੱਕ ਨਿਊ ਈਅਰ ਬੈਸ਼ ਨੂੰ ਅਨੁਮਤੀ ਨਹੀਂ ਦਿੱਤੀ ਹੈ ਜਿਸ ਵਿੱਚ ਪਰਫਾਰਮ ਕਰਨ ਦੇ ਲਈ ਬਾਲੀਵੁੱਡ ਸਿਨੇ ਸਟਾਰ ਸਨੀ ਲਿਓਨੀ ਨੂੰ ਬੁਲਾਇਆ ਗਿਆ ਸੀ। ਇਹ ਲਾਅ ਐਂਡ ਆਰਡਰ ਬਣਾਏ ਰੱਖਣ ਅਤੇ ਕੋਈ ਗਲਤ ਇੰਸੀਡੈਂਟ ਨਾ ਹੋਣ ਦੇਣ ਦੇ ਲਈ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ।